ਤੂੰ ਹੀ ਮੈਂ ਨਹੀਂ ਪਿਆਰਿਆ ਇਹ ਮੈਨੂੰ ਤੂੰ ਬਦਲ ਮੈਨੂੰ ਖਤਮ ਕਰ ਹੋਂ ਨੂੰ ਖਤਮ ਕਰ ਹੋਂ ਨੂੰ ਖਤਮ ਕਰਨ ਦਾ ਸਾਧਨ ਹੈ ਗੁਰਮੰਤਰ ਹੈ ਜਦੋਂ ਤੱਕ ਹਾਂ ਹੈ ਮੈਂ ਹੈ ਕੋਈ ਕੰਮ ਨਹੀਂ ਬਣ ਸਕਦਾ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੈ ਏ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਉਹ ਪਿਆਰਿਆ ਇਸ ਨੂੰ ਖਤਮ ਕਰ ਹੰਗਤਾ ਨੂੰ ਮਮਤਾ ਨੂੰ ਮੈਨੂੰ ਮੇਰੀ ਨੂੰ ਹੁਣ ਪੈਦਾ ਹੋ ਗਈ ਉਹ ਬੋਝ ਜਿੱਥੇ ਹੋਮੇ ਬੁੱਝੇ ਤਾਂ ਦਰ ਸੁੱਝੇ ਕਿ ਪਿਆਰਿਆ ਇਹ ਗੱਲ ਇਉਂ ਨਹੀਂ ਬਣਦੀ ਜਿਨ੍ਹਾਂ ਨੇ ਮੇਰੀ ਮੇਰੀ ਕੀਤੀ ਕੋਈ ਰਿਹਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਜੀ ਮੇਰੀ ਵਾਲਾ ਕੋਈ ਨਾ ਦਿਹਾਓ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਦਿਹਾਓ ਬਣਦੇ ਹਾਥੀ ਸ਼ਨਵੇਂ ਪਈ ਮੇਰੀ ਮੇਰੀ ਇਹ ਸਾਰੇ ਕਰਦੇ ਨੇ ਪਰ ਇਸ ਰਸਤੇ ਦੇ ਤੌਰ ਤੇ ਚੱਲਣਾ ਫਕੀਰ ਦਾ ਰਸਤਾ ਕਿਹੜਾ ਹੈ ਜੀਵਨ ਕੀ ਛੱਡ ਆਸ ਹੋ ਤਨੰਗੀ ਰੇੜ ਕਾ ਤੋ ਹਮਾਰੇ ਪਿਆਰਿਆ ਇਸ ਰਸਤੇ ਤੇ ਚੱਲਣ ਵਾਸਤੇ ਤਾਂ ਕੀ ਕਰਨਾ ਪੈਂਦਾ ਹੈ ਸੀਤਲੀ ਤੇ ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੇ ਓ ਤਲੀ ਤੇ ਤਰਨਾ ਪੈਂਦਾ ਕੀ ਖੇਡ ਪਰੇ
ਦੇ ਨਾ ਪੈਂਦਾ ਕੀ ਖੇਡ ਪਰੇ ਮੰਨੇ ਨਾ ਪੈਂਦਾ ਕੀ ਪ੍ਰੇਮ ਨੀ ਲਣਕਾ ਚਾਓ ਸਿਰ ਤਾਰ ਤਲੀ ਇਹ ਤੋ ਮਾਰਗ ਪੈਰ ਤਰੀ ਸਿਰ ਕਾਰਨ ਪੀਜ ਹੁਣ ਸਾਧਨਾ ਜੀ ਆਖਰ ਦੇ ਵਿੱਚ ਕੀ ਕਹਿੰਦੇ ਨੇ ਸਮੇਂ ਇਹ ਸ਼ਬਦ ਦੀਆਂ ਇਹ ਆਖਰੀ ਤੁਕਾਂ ਇਹਦੇ ਵਿੱਚ ਉਹ ਤੱਤ ਵਚਨ ਆਏ ਕਿ ਇਸ ਤਰ੍ਹਾਂ ਦੇ ਨਾਲ ਕੰਮ ਬਣਨਾ ਹੈ ਇਹ ਅਰਦਾਸ ਦਾਸ ਬਣ ਕੇ ਕਰਨੀ ਪੈਣੀ ਹੈ ਰਾਜੀ ਅਸਰ ਮੇਰੀ ਰੱਖੋ ਲੱਜਿਆ ਓ ਮੈਂ ਸਦਨਾ ਜਨ ਤੁਰਾ ਅਸਰ ਮੇਰੀ ਰੱਖੋ ਲੱਜਿਆ ਅਸਰ ਲੱਜਾ ਰੱਖ ਲਿਓ ਸਦਨਾ ਜਨ ਹੁਣ ਅਰਦਾਸ ਫਿਰ ਸੁਣੀ ਗਈ ਕਿਉਂਕਿ ਉਸ ਸਮੇਂ ਉਹ ਦਾਸ ਬਣ ਕੇ ਅਰਦਾਸ ਕੀਤੀ ਗਈ
ਸਿਰੇ ਤਾਨਾ ਨੀ, ਮੇਲਾ ਨੀ, ਸ਼ਿਕਵਾ ਨੀ, ਕੋਈ ਸ਼ਿਕਾਇਤ ਨੀ, ਕੀ ਹੈ ਸ਼ੁਕਰ ਹੈ। ਤੇ ਇਹ ਅਰਦਾਸ ਸੁਣੀ ਜਾਂਦੀ ਹੈ ਕਦੋਂ, ਉਹ ਬਿਰਥੀ ਕਦੇ ਨਾ ਹੋਵੇ ਜਾਣੇ ਕੀ ਅਰਦਾਸ, ਉਹ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ। ਉਹ ਸਮੇਂ ਦਾਸ ਬਣ ਕੇ ਨਿਮਰਤਾ ਧਾਰਨ ਕਰਕੇ ਹੋ ਨੂੰ ਛੱਡ ਕੇ ਕੀਤੀ ਅਰਦਾਸ ਪੂਰੀ ਹੁੰਦੀ ਹੈ। ਜਿਵੇਂ ਭੇਖ ਧਾਰੀਆਂ ਦੀ ਲੱਜਾ ਰੱਖੀ, ਫਿਰ ਉਸੇ ਤਰ੍ਹਾਂ ਦੇ ਨਾਲ ਉਹ ਰੱਖਦਾ ਹੈ। ਤੇ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ, ਉਹ ਜਹ ਜਹ ਕਾਜ ਕਿਰਤ ਸੇਵਕੀ ਫਿਰ ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੋ ਚੁੱਕ ਹੈ ਠਾਕਰ ਪੈ ਸੇਵਕ ਤਤਕਾਲ ਹੋਏ ਆਵੇ। ਫਿਰ ਉਹ ਸਾਧਨਾ ਜੀ ਦੀ ਸੁਣੀ ਗਈ ਜਿਹੜੀ ਉਹ ਬੀਬਾ ਨੇ ਦੋਸ਼ ਲਾਇਆ ਨਿਰਦੋਸ਼ ਦੇ ਉੱਤੇ, ਦੌੜੀ ਆਉਂਦੀ ਹੈ, ਕੂਕਾਂ ਮਾਰਦੀ ਹੈ, ਪੁਕਾਰਾਂ ਕਰਦੀ ਹੈ ਕਿ ਮੈਂ ਸਭ ਕੁਝ ਕੀਤਾ, ਇਹ ਮੇਰੇ ਦੋਸ਼ ਜਿਹੜਾ ਸੀ ਕਰਮ ਦਾ ਹੈ। ਉਹ ਤੱਤਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ, ਉਹ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਫਿਰ ਉਹ ਸੁਣੀ ਗਈ ਨਿਰਦੋਸ਼ ਦੀ ਅਰਦਾਸ, ਜਿਸ ਦੇ ਉੱਤੇ ਦੋਸ਼ ਲੱਗਿਆ, ਉਹ ਜਿਹਨੇ ਲਾਇਆ ਦੋਸ਼ ਉਹੀ ਬੀਬਾ ਹੁਣ ਦੋਸ਼ ਮੁਕਤ ਕਰ ਰਹੀ ਹੈ। ਅਤੇ ਐਸੇ ਉਹ ਜਨਾਂ ਨੂੰ ਜਿਹੜੇ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸਿਆਂ ਨੂੰ ਸਦਾ ਹੀ ਨਮਸਕਾਰ ਹੈ ਜਿਨ੍ਹਾਂ ਦੀ ਇਹ ਬਾਣੀ ਗੁਰਬਾਣੀ ਹੈ, ਸਾਨੂੰ ਸਿੱਖਿਆ ਦਿੰਦੀ ਹੈ ਕਿ ਪਿਆਰਿਓ ਸਿੱਖੀ ਨਾ ਹੈ ਸਿੱਖਿਆ ਧਾਰਨ ਕਰਨ ਦਾ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਇਸ ਤਰ੍ਹਾਂ ਦੇ ਨਾਲ ਇਹ ਭਵਜਲ ਨੂੰ ਅਸੀਂ ਪਾਰ ਕਰ ਸਕਦੇ ਹਾਂ, ਆਲੋਕ ਵੀ ਸੁਖੀ ਅਤੇ ਪਰਲੋਕ ਵੀ ਸਹੇਲੇ ਬਣ ਸਕਦੇ ਹਾਂ। ਸੋ ਤੁਸੀਂ ਇੰਨਾ ਪਿਆਰ ਦਾ ਸਬੂਤ ਦਿੱਤਾ, ਇੰਨਾ ਸਮਾਂ ਦਾਨ ਕੀਤਾ, ਅਤੇ ਸਮਾਧਾਨ ਦੇ ਨਾਲ ਸਮਾਧਾਨ ਵੀ ਆ ਜਾਂਦਾ ਹੈ, ਜੁਗਤ ਮਿਲ ਜਾਂਦੀ ਸਤਸੰਗ 'ਚ, ਕਿ ਜਦੋਂ ਇਸੇ ਤਰ ਗਏ ਨੇ ਅਸੀਂ ਵੀ ਤਰ ਸਕਦੇ ਹਾਂ, ਸਾਡੇ 'ਤੇ ਵੀ ਬਖਸ਼ਿਸ਼ ਹੋ ਸਕਦੀ ਹੈ। ਸੋ ਗੁਰੂ ਪੀਰਾਂ ਮਹਾਂਪੁਰਸ਼ਾਂ ਦੇ ਦਰਸਾਏ ਰਸਤੇ 'ਤੇ ਚੱਲੀਏ, ਗੁਰਬਾਣੀ ਬਣੀਏ, ਗੁਰਬਾਣੀ ਦੇ ਅਨੁਸਾਰ ਜੀਵਨ ਢਾਲੀਏ, ਤਾਂ ਜੋ ਸਾਡਾ ਅਲੋਕ ਵੀ ਸੁਖੀ ਅਤੇ ਪਰਲੋਕ ਵੀ ਸਹੇਲੇ ਹੋ ਜਾਣਗੇ। ਸੋ ਆਓ, ਜਿਹੜੇ ਨਹੀਂ ਹੁਣ ਤੱਕ ਬੋਲ ਸਕੇ, ਆਨੰਦ ਸਾਹਿਬ ਗੁਰੂ ਸਤੋਤਰ 'ਚ ਬੋਲ ਕੇ ਜ਼ਰੂਰ ਹੀ ਆਪਣੀ ਰਸਨਾ ਪਵਿੱਤਰ ਕਰਨ।
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਸਭੋ ਤਕ ਹੀ ਤੇਰਾ ਹਲ ਜਿਨੀ ਵਸਾਇਆ ਹਰ ਨਾਲ ਰੁੱਤ ਮਨ ਰੇ ਦੁੱਖ ਬਿਸਾਰਨਾ ਕਹੇ ਨਾਨਕ ਮਨ ਮੇਰੇ ਸਦਾ ਹਰ ਨਾਲ ਉਹ ਕਰਤਾ ਤੇਰੇ ਬੰਦਾ ਸਿਸਲਾ ਤੇਰੀ ਨਾਮ ਮੰਗ ਵਸਾਵੇ ਸਾਥਨਾ ਮੇਰਾ ਧਾਰ ਮੇਰਾ ਦਿਨ ਭੁੱਖਾ ਸਭ ਗਵਾਈਆਂ ਗੁਰਬਾਣੀ ਕਹਿ ਨਾਨਕ ਸੁਣੋ ਸੰਤ ਸਬਦ ਤਰੋ ਪਿਆਰ ਸਾਚਾ ਮੇਰਾ ਆਧਾਰ ਫਰਕ ਲੱਗ ਨੰਦ ਸੁਣੋ ਵੱਡੋ ਇਹ ਪਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਬਸੂਰ ਉਹ ਦਿਨ ਰਾਤ ਦੋਏ ਦਾਈ ਦਾਇਆ ਖਿਲ ਸਗਲ ਜਗਤ ਮੁਖ ਬੋਲੋ ਵਾਹੇ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਜੀ ਧਨ
ਤਨ ਹੈ ਗੁਰ ਗ੍ਰੰਥ ਸਾਹਿਬ ਜੀ ਤਨ ਤਨ ਹੈ ਗੁਰ ਅਮਰਦਾਸ ਜੀ ਤਨ 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 ਹੈ ਗੁਰੂ ਰਾਮਦਾਸ ਜੀ ਤਨ 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 ਹੈ ਗੁਰੂ ਨਾਨਕ ਦੇਵ ਜੀ ਤਨ 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 ਗੁਰ ਹਰ ਗੋਬਿੰਦ ਜੀ ਤਨ 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 ਗੁਰੁ ਹਰਿ ਜੀ ਤਨ ਕ੍ਰਿਸ਼ਨ ਜੀ ਤਨ 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 ਹੈ ਗੁਰ ਤੇਗ ਬਹਾਦਰ ਤਨ 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 ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਓ ਤਨ ਤਨ ਹੈ ਤੇਰਾ ਪੰਥ ਖਾਲਸਾ ਤਨ ਸਤਨਾਮ ਤੇਰੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਏ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਨਿੱਠੜਾ ਲੱਗੇਗਾ ਬੋਲ ਪਿਆਰਿਆ ਏ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੁਛ ਨਾ ਲੱਗੇਗਾ ਬੋਲ ਪਿਆਰਿਆ ਸਤ ਨਾਮ ਤੇਰੇ ਵਾਹਿਗੁਰੂ ਬੋਲ ਗੁਰੂ ਗੁਰੂ ਬੋਲ ਤੂੰ ਠਾਕੁਰ ਤੁਮ ਜਸ ਗਾਵੈ ਸਤਿਗੁਰ ਪਰਮ ਚੁਕਾਇਓ
ਸਰਬਨ ਵਾਸੀ ਸਦਾ ਲਿਪਾ ਸਭ ਮੈਂ ਰਹਿਓ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਜਿਸ ਵਿੱਚ ਆਪਾਂ ਸਾਰੇ ਹੀ ਸ਼ਾਮਿਲ ਹਾਂ, ਅਤੇ ਕਿੰਨੇ ਪਿਆਰੇ ਬਚਨ ਕਰਕੇ ਗਏ ਹਨ ਸਰਦਾਰ ਦੇਵਾ ਸਿੰਘ ਜੀ। ਬਹੁਤ ਹੀ ਪੁਰਾਣੇ ਅਤੇ ਮਹਾਂਪੁਰਖਾਂ ਦੇ ਨਾਲ ਜੁੜੇ ਹੋਏ, ਜਿਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਇਹ ਜੋ ਦੁਆਬਾ ਇੱਥੇ ਸੈਂਟਰ ਬਣਿਆ ਹੋਇਆ ਹੈ ਇਸ ਇਲਾਕੇ ਦੇ ਅੰਦਰ, ਪੂਰੇ ਦੇ ਅੰਦਰ ਜਿੱਥੇ ਆਪਾਂ ਬੈਠੇ ਹਾਂ, ਖਾਸ ਕਰਕੇ ਇਸ ਪਿੰਡ ਦੇ ਅੰਦਰ 13-14 ਮੈਗਜ਼ੀਨ ਆਤਮ ਮਾਰਗ ਦੇ ਇਸ ਪਿੰਡ ਦੇ ਅੰਦਰ, ਅਤੇ ਜੋ ਇਹ ਇੱਕ ਸੈਂਟਰ ਜਾਂ ਪੁਆਇੰਟ ਹੈ 7-8 ਸੌ ਦੇ ਕਰੀਬ ਇੱਥੇ ਸਾਰੇ ਇਲਾਕੇ ਦੇ ਅੰਦਰ ਆਤਮ ਮਾਰਗ ਮੈਗਜ਼ੀਨ ਪਹੁੰਚਦਾ ਹੈ, ਉਸ ਦੇ ਵਿੱਚ ਵੀ ਐਡ ਦਿੱਤੀ ਜਾਵੇਗੀ, ਤਾਂ ਜੋ ਇੱਥੇ ਇਸ ਸੈਂਟਰ ਦੇ ਉੱਤੇ ਇਕੱਠੇ ਹੋ ਕੇ ਆਪਾਂ ਹਰ ਮਹੀਨੇ ਇਸ ਦੁਆਬੇ ਦੇ ਅੰਦਰ ਮਹਾਂਪੁਰਖਾਂ ਦੇ ਜੋ ਪ੍ਰੋਗਰਾਮ ਹਨ, ਜੋ ਬਾਬਾ ਗੁਰਪਾਲ ਸਿੰਘ ਜੀ ਦੀ ਡਿਊਟੀ ਇਸ ਦੁਆਬੇ ਦੇ ਅੰਦਰ ਲੱਗੀ ਹੋਈ ਹੈ, ਉਹਨਾਂ ਤੋਂ ਬਾਅਦ ਰਤਵਾੜਾ ਸਾਹਿਬ ਵੱਲੋਂ ਕੋਈ ਨਾ ਕੋਈ ਇੱਥੇ ਆ ਕੇ ਜੋ ਸਾਡੇ ਬਹੁਤ ਹੀ ਪਿਆਰੇ ਧੇ ਸੰਤ ਮਹਾਰਾਜ ਰਤਵਾੜਾ ਸਾਹਿਬ ਵਾਲੇ, ਜਿਨ੍ਹਾਂ ਦੇ ਨਾਲ ਸਾਡਾ ਪ੍ਰੇਮ ਪਿਆਰ ਹੈ, ਜੁੜੇ ਰਹਿਣ ਦੀ ਜੋ ਤਾਂਘ ਹੈ ਸਾਡੀ, ਕਿਉਂਕਿ ਜੁੜੇ ਰਹਿਣ ਦੇ ਵਿੱਚ ਸੁੱਖ ਹੈ, ਸ਼ਾਂਤੀ ਹੈ, ਅਤੇ ਜੋ ਕਿੰਨਾ ਹੀ ਉਹਨਾਂ ਮਹਾਂਪੁਰਖਾਂ ਨੇ ਸਾਨੂੰ ਉਪਦੇਸ਼ ਬਖਸ਼ ਕੀਤਾ ਉਸ ਨੂੰ ਵਾਰ ਵਾਰ ਦੁਹਰਾਉਣਾ, ਕਿਸੇ ਪੂਰਨ ਜੋ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਇਸ ਚੀਜ਼ ਨੂੰ ਪ੍ਰਪੱਕ ਕੀਤਾ ਹੈ, ਉਹਨਾਂ ਦੀ ਸਮੇਂ ਨੂੰ ਬਹੁਤ ਲੋੜ ਹੈ। ਆਪਾਂ ਇਸ ਹੀ ਸਥਾਨ ਦੇ ਉੱਤੇ ਹਰ 11 ਤਰੀਕ ਨੂੰ ਇਕੱਠੇ ਹੋਣਾ ਹੈ ਰਤਵਾੜਾ ਸਾਹਿਬ ਵਿਖੇ। ਕਿੰਨੇ ਹੀ ਜੋ ਪ੍ਰੋਗਰਾਮ ਚੱਲ ਰਹੇ ਹਨ, ਜਿਨ੍ਹਾਂ ਦੇ ਵਿੱਚ ਨਿਰਮਲ ਡੇਰਾ ਹਿਰਦਾਪੁਰ ਖੇੜੀ ਵਿਖੇ ਰਾਤ ਦੀ ਜੋ ਪੂਰਨਮਾਸੀ ਭਰਦੀ ਹੈ, ਇਸ ਇਲਾਕੇ ਤੋਂ ਵੀ ਸੰਗਤ ਪਹੁੰਚਦੀ ਹੈ। ਫਿਰ ਦੁਆਰੇ ਬੇਨਤੀ ਹੈ ਕਿ ਮਿਤੀ 16 ਜਨਵਰੀ ਨੂੰ ਰਾਤ ਦੇ ਸਮੇਂ ਜੋ ਸ਼ਾਮ ਦੇ 6 ਤੋਂ ਲੈ ਕੇ ਰਾਤ 12 ਵਜੇ ਤੱਕ ਨਰਾਇਣ ਸਵਾਈ ਕੀਰਤਨ ਤੋਂ ਬਾਅਦ ਆਯੁਰਵੈਦਿਕ ਖੀਰ ਉੱਥੇ ਵਰਤਾਈ ਜਾਂਦੀ ਹੈ, ਉੱਥੇ ਵੀ ਸੰਗਤਾਂ ਪਹੁੰਚਦੀਆਂ ਹਨ, ਉਹ ਵੀ ਆਪ ਜੀ ਉੱਪਰ ਲਾਹਾ ਪ੍ਰਾਪਤ ਕਰਦੇ ਹੋਏ ਹਰ 11 ਤਰੀਕ ਨੂੰ ਇਸ ਸਥਾਨ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ। ਆਤਮ ਮਾਰਗ ਹਰ ਇੱਕ ਘਰ ਦੇ ਅੰਦਰ ਆਉਂਦਾ ਹੈ, ਜਿਨ੍ਹਾਂ ਦੇ ਘਰ ਨਹੀਂ ਪਹੁੰਚਦਾ ਉਹ ਵੀ ਆਪ ਜੀ ਇੱਥੇ ਸੰਬੰਧਿਤ ਜੋ ਐਡਰੈਸ ਹਨ ਉੱਥੇ ਲਗਵਾ ਕੇ ਆਤਮ ਮਾਰਗ ਨਾਲ ਸੰਪਰਕ ਕਰਕੇ ਆਪ ਜੀ ਜ਼ਰੂਰ ਜੋ ਸੱਚਖੰਡ ਵਾਸੀ ਮਹਾਂਪੁਰਖਾਂ ਦੇ ਪ੍ਰਵਚਨ ਹਨ ਉਹਨਾਂ ਨੂੰ ਆਪ ਪੜ੍ਹੋ ਅਤੇ ਹੋਰਨਾਂ ਨੂੰ ਪੜ੍ਹਾਉਣ ਦਾ ਜੋ ਫਲ ਹੈ ਉਹ ਵੀ ਪ੍ਰਾਪਤ ਕਰੋ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦਿਆ
जो उपजो सो बिन से है, पर आज के काल नानक हर गुण गाए ले, सगल जंदाल इथे बैठना किसी ने रहना, बारी आई तुर जावना, किसे ने रहना, आई आई तुर जावना, Thank you.
ਨਾ ਕਿਸੇ ਨੇ ਲੈਣਾ ਆਰੀ ਆਈ ਤੁਰ ਜਾਵਣਾ ਇੱਥੇ Thank you.
ਕਰਮਾ ਓ ਬਿਸ਼ਨ ਕੀਤੇ ਵੇਦ ਆਪ ਵੇਦ ਆਪਰਾਨ ਕੀਤੇ ਸਿਮਰਤ ਸੁਨ ਕੇ ਹੋਏ ਹੋਏ ਬਤੇ ਵਿਸ਼ਨ ਕੀਤੇ ਵੇਦ ਆਪਰਾਨ ਵੇਦ ਆਪਰਾਨ ਕੇ ਹੋਏ ਹੋਏ ਬਤੇ ਕੀਤੇ ਅਸਨੀ ਕੁਮਾਰ ਅਸਨੀ ਕੁਮਾਰ ਅੰਸ ਅਵਤਾਰ ਕੀਤੇ ਕਾਲ ਵਾਸਤੇ ਹੈ ਪੈਗੰਬਰ ਕੀਤੇ ਗਨ ਨਾ ਪਰਤ ਇਤੇ ਭੂਮ ਹੀਤ ਹੋਏ ਕੇ ਫੇਰ ਭੂਮ ਹੀ ਮਲੇ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਬਾਬਾ ਹਰਪਾਲ ਸਿੰਘ ਜੀ ਸਮੂਹ ਸਤਸੰਗੀ ਜਨ, ਜੋ ਕਿ ਆਪਣੇ ਪਿਤਾ ਬਾਬਾ ਹਜ਼ਾਰਾ ਸਿੰਘ ਜੀ ਦੀ ਸਾਲਾਨਾ ਯਾਦ ਦੇ ਵਿੱਚ ਸਤਸੰਗ ਸਮਾਗਮ ਕਰਾ ਰਹੇ ਹਨ, ਇਸ ਪਵਿੱਤਰ ਪਾਵਨ ਅਸਥਾਨ ਦੀ ਜੋ ਸੇਵਾ ਬੇਦੀ ਕੁਲਭੂਸ਼ਣ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਵੱਲੋਂ ਇਸ ਪਰਿਵਾਰ ਨੂੰ ਸੌਂਪਣਾ ਕੀਤੀ ਗਈ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਮਹਾਨ ਤਪਸਵੀ ਮਹਾਨ ਜੋਗੀ ਰਾਜਾ ਜੋਗੀ ਬਾਬਾ ਸਾਹਿਬ ਸਿੰਘ ਜੀ ਬੇਦੀ, ਜੋ ਕਿ ਇੱਕ ਮਹਾਨ ਸ਼ਖਸੀਅਤ ਹੋਏ ਹਨ, ਗੁਰੂ ਨਾਨਕ ਦੀ ਇੱਕ 11ਵੀਂ ਅੰਸ ਵੰਸ ਸਨ, ਬੜੀ ਕਿਰਪਾ ਹੈ, ਬਖਸ਼ਿਸ਼ ਹੈ ਇਸ ਬੇਦੀ ਕੁੱਲ ਦੇ ਵਿੱਚ
ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਅਤੇ ਉਹਨਾਂ ਦੀ ਇਹ 11ਵੀਂ ਜਗ੍ਹਾ ਦੇ ਉੱਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਮਹਾਰਾਜ ਉਹਨਾਂ ਸਾਹਿਬ ਵਾਲੇ ਹੋਏ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ ਜੋ ਖਾਲਸਾ ਰਾਜ ਦਾ ਨੀਂਹ ਰੱਖੀ ਗਈ ਕਿਉਂਕਿ ਉਸ ਸਮੇਂ ਮਿਸਲਾਂ ਦੇ ਵਿੱਚ ਇਹ ਸਾਰੇ ਛੋਟੀਆਂ ਛੋਟੀਆਂ ਮਿਸਲਾਂ ਇਹਨਾਂ ਦੇ ਵਿੱਚ ਵੰਡੇ ਹੋਏ ਸੀ ਸਾਰੇ ਸਰਦਾਰ ਉਹ ਬਾਬਾ ਜੀ ਨੇ ਕਿਰਪਾ ਕੀਤੀ ਸਾਰਿਆਂ ਨੂੰ ਇਕੱਠਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪ ਜੀ ਨੇ ਤਿਲਕ ਦਿੱਤਾ ਕਿੱਡੀ ਬਖਸ਼ਿਸ਼ ਕਰ ਦਿੱਤੀ ਇਹ ਖਾਲਸਾ ਰਾਜ ਬਾਬਾ ਸਾਹਿਬ ਸਿੰਘ ਜੀ ਦੀ ਆਸ਼ੀਰਵਾਦ ਦੇ ਨਾਲ ਕਾਇਮ ਹੋਇਆ ਅਤੇ ਇੱਥੇ ਆ ਅਸਥਾਨ ਗੁਰਦੁਆਰਾ ਸਾਹਿਬਾਨ ਇਤਿਹਾਸਕ ਅਸਥਾਨ ਹਨ ਇੱਥੋਂ ਦੀ ਸੇਵਾ ਬਾਬਾ ਹਜ਼ਾਰਾ ਸਿੰਘ ਜੀ ਨੂੰ ਉਹਨਾਂ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ ਕਿੱਡੀਆਂ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਕਿਉਂਕਿ ਐਸੇ ਸਤਿਪੁਰਸ਼ਾਂ ਦੀ ਸੇਵਾ ਕੀ ਬਖਸ਼ਿਸ਼ ਕਰਦੀ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ ਐਸੀ ਸੇਵਾ ਜੋ ਇਸ ਪਰਿਵਾਰ ਨੂੰ ਬਖਸ਼ਿਸ਼ ਹੋਈ ਜਿਹਦੇ ਵਿੱਚ ਧਰਮ ਵੀ ਹੈ ਅਰਥ ਵੀ ਹੈ ਕਾਮ ਵੀ ਹੈ ਮੋਕਸ਼ ਵੀ ਹੈ ਸਤਿਗੁਰ ਕੇ ਬਸ ਚਾਰ ਪਦਾਰਥ ਤਿੰਨ ਸਮਾਏ ਏਕ ਕਿਰਤਾਰਥ ਉਹ ਸੀਨਾ ਵਸੀਨਾ ਜੋ ਬਿੰਦੀ ਅੰਸ਼ ਇਹ ਸੇਵਾ ਨਿਭਾਉਂਦੀ ਆ ਰਹੀ ਹੈ ਬਖਸ਼ਿਸ਼ ਹੋਈ ਹੈ ਇਹ ਸੇਵਾ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਇਹ ਸੇਵਾ ਵਾਸਤੇ ਅਤੇ ਸਿਮਰਨ ਵਾਸਤੇ ਹੀ ਸਾਨੂੰ ਇਹ ਮਾਨੁਖ ਤਨ ਦੀ ਪ੍ਰਾਪਤੀ ਹੋਈ ਹੈ ਅੱਜ ਬਾਬਾ ਹਜ਼ਾਰਾ ਸਿੰਘ ਜੀ ਦੀ ਇਹ ਸਾਲਾਨਾ ਜਾਤ ਆ ਵਰਸੀ ਮਨਾਈ ਜਾ ਰਹੀ ਹੈ ਆਪਾਂ ਸ਼ਬਦ ਪੜ੍ਹਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਇਸ ਧਰਤ ਦੇ ਉੱਤੇ ਮਾਤ ਲੋਕ ਦੇ ਉੱਤੇ ਵੱਡੇ ਵੱਡੇ ਹੋਏ ਏਕ ਸ਼ਿਵ ਪੇ ਏਕ ਗੇ ਏਕ ਫੇਰ ਪੇ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬਰਮਾ ਔ ਵਿਸ਼ਨ ਕੇਤੇ ਵੇਦ ਔ ਪੁਰਾਨ ਕੇਤੇ ਸਿਮਰਤ ਸਮੋਹਨ ਕੇਤੇ ਹੋਏ ਹੋਏ ਬਿਤੇ ਹੈ ਮੋਹਨ ਦੀ ਮਦਾਰ ਕੇਤੇ ਅਸਨੀ ਕੁਮਾਰ ਕੇਤੇ ਅੰਸ ਅਵਤਾਰ ਕੇਤੇ ਕਾਲ ਵਸ ਪੇ ਹੈ ਪੀਰ ਔ ਪੈਗੰਬਰ ਕੇਤੇ ਗਨੇ ਨਾ ਪਰਤ ਏ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਹੈ ਵੱਡੇ ਵੱਡੇ ਇਹ ਸੰਸਾਰ ਦੇ ਉੱਤੇ ਹੋਏ ਪਰ ਰਹਿੰਦਾ ਕੌਣ ਹੈ ਨਾਮ ਰਿਹੋ ਸਾਧੂ ਰਿਹੋ ਰਿਹੋ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ ਜਿਹੜੇ ਗੁਰਮੰਤਰ ਦੀ ਕਮਾਈ ਕਰਕੇ ਉਹ ਨਾਮ ਅਵਿਆਸੀ ਨਾਮ ਤੱਕ ਰਸਵਾਈ ਹੋ ਗਈ
ਉਹ ਸਦਾ ਹੀ ਸੰਸਾਰ ਦੇ ਉੱਤੇ ਰਹਿੰਦੇ ਨੇ। ਅੱਜ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਵਰਸੀਆਂ ਮਨਾਈਆਂ ਜਾਂਦੀਆਂ ਹਨ। ਸੋ ਸੱਚੇ ਪਾਤਸ਼ਾਹ ਜੀ ਐਸਾ ਫਰਮਾਨ ਕਰਦੇ ਹਨ। ਨਾਮ ਰਹੂਗਾ ਰਹਿਣਗੇ ਸਾਧੂ, ਹੋਰ ਸਾਰੀ ਝੂਠੀ ਦੁਨੀਆ ਰਹਿਣਗੇ ਸਾਧੂ, ਹੋਰ ਸਾਰੀ ਝੂਠੀ ਦੁਨੀਆ ਸਾਧੂ, ਹੋਰ ਸਾਰੀ ਝੂਠੀ ਦੁਨੀਆ ਰਹਿਣਗੇ ਸਾਧੂ, ਹੋਰ ਸਾਰੀ ਝੂਠੀ ਦੁਨੀਆ ਪਿਆਰੇ, ਹੋਰ ਸਭ ਝੂਠੀ ਦੁਨੀਆ ਮੇਰੇ ਪਿਆਰੇ, ਹੋਰ ਸਭ ਝੂਠੀ ਦੁਨੀਆ ਸਾਧੂ, ਹੋਰ ਸਾਰੀ ਝੂਠੀ ਦੁਨੀਆ ਰਹਿਣਗੇ ਸਾਧੂ, ਹੋਰ ਸਭ ਝੂਠੀ ਦੁਨੀਆ ਨਾ
ਨਾਮ ਰਿਹੋ ਸਾਧੂ ਰਿਹੋ ਰਿਹੋ ਗੁਰੂ ਕਹ ਨਾਨਕ ਇਹ ਜਗਤ ਮੈਂ ਇਹ ਸੰਸਾਰ ਦੇ ਵਿੱਚ ਜੋ ਉਪਜੋ ਜਿਸ ਦਾ ਜਨਮ ਹੈ ਉਸ ਦਾ ਇੱਕ ਨਾ ਇੱਕ ਦਿਨ ਮਰਨ ਵੀ ਹੈ ਜੋ ਉਪਜੋ ਸੋ ਬਿੰਸ ਹੈ ਪਰੋ ਅੱਜ ਕੇ ਨਾਨਕ ਹਰ ਗੁਣ ਗਾਏ ਲੈ ਇਸ ਲੋਕ ਨੂੰ ਮਾਤ ਲੋਕ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਾਰਬਾਰ ਵੱਡੀਆਂ ਵੱਡੀਆਂ ਉਮਰਾਂ ਕਰੋੜਾਂ ਸਾਲ ਸ਼ਿਵ ਜੀ ਵਰਮਾ ਜੀ ਵਿਸ਼ਨੂੰ ਜੀ ਵੱਡੀਆਂ ਵੱਡੀਆਂ ਉਮਰਾਂ ਵਾਲੇ ਵੀ ਸੰਸਾਰ ਦੇ ਉੱਤੇ ਸਰੀਰ ਕਰਕੇ ਨਹੀਂ ਰਹੇ ਰਹਿਣ ਵਾਲਾ ਹੈ ਨਾਮ ਹੁਣ ਇੱਥੇ ਬਾਬਾ ਹਜੂਰਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸੇਵਾ ਕੀਤੀ ਆ ਸਾਹਮਣੇ ਜੋ ਗੁਰੂ ਸਥਾਨ ਬਣੇ ਹਨ ਇਸ ਪਰਿਵਾਰ ਨੂੰ ਜੋ ਸੇਵਾ ਉਹ ਧੰਨ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਬੀਬੀ ਸਾਹਿਬ ਨੇ ਬਖਸ਼ਿਸ਼ ਕੀਤੀ ਆ ਰਹਿੰਦੀ ਹੈ ਬਾਕੀ ਤਾਂ ਸਾਰਾ ਸੰਸਾਰ ਨਾਸ਼ਵੰਤ ਹੈ ਚਲਾਏ ਮਾਨ ਹੈ ਫਿਰ ਸੇਵਾ ਕੋ ਦੋਏ ਪਲੇ ਏਕ ਸੰਤ ਇੱਕ ਓ ਰਾਮ ਜੋ ਦਾਤਾ ਮੁਕਤ ਕੋ ਸੰਤ ਗੋਬਿੰਦ ਕੇ ਇੱਕ ਕਾਮ ਕੀ ਕੰਮ ਹੈ ਨਾਮ ਜਪਣਾ ਹੋਰਾਂ ਨੂੰ ਜਪਾਉਣਾ ਸੇਵਾ ਕਰਨੀ ਸੇਵਾ ਦੀ ਜਾਤ ਸਿਖਾਉਣੀ ਇਹ ਸਾਧੂਆਂ ਦਾ ਕੰਮ ਹੈ ਇਸੇ ਕੰਮ ਵਾਸਤੇ ਅਸੀਂ ਸਮਾਤ ਲੋਕ ਦੇ ਵਿੱਚ ਆਏ ਹਾਂ ਓ ਗੁਰਸੇਵਾ ਤੇ ਭਗਤ ਕਮਾਈ ਇਹ ਮਾਣਸ ਇਸ ਦੇਹੀ ਕੋ ਸਿਮਰੈ ਦੇ ਸੋ ਦੇਹੀ ਭਜ ਇਸ ਨਰ ਨਾਰਾਇਣੀ ਤੇਹ ਨੂੰ ਦੇਵਤੇ ਵੀ ਲੋਚਦੇ ਨੇ ਕਿ ਕਦੋਂ ਸਾਨੂੰ ਮਿਲੇ ਇਹ ਮਿਲੀ ਹੈ ਸੇਵਾ ਵਾਸਤੇ ਸਿਮਰਨ ਵਾਸਤੇ ਬਾਬਾ ਹਜੂਰਾ ਸਿੰਘ ਜੀ ਨੇ ਆ ਇਹਨਾਂ ਅਸਥਾਨਾਂ ਦੀ ਗੁਰੂ ਅਸਥਾਨਾਂ ਦੀ ਸੇਵਾ ਕੀਤੀ ਸੇਵਾ ਕਰਵਾਈ ਸਿਮਰਨ ਕੀਤਾ ਨਾਮ ਜਪਿਆ ਨਾਮ ਜਪਾਇਆ
ਇਸੇ ਕੰਮ ਦੇ ਵਾਸਤੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਪਰ ਅਸੀਂ ਇਸ ਨੂੰ ਭੁੱਲ ਗਏ ਕਿ ਸਾਡਾ ਪ੍ਰਯੋਜਨ ਕੀ ਹੈ, ਮਾਨ ਤਨ ਦਾ ਪ੍ਰਯੋਜਨ ਕੀ ਹੈ। ਪਰ ਪਾਤਸ਼ਾਹ ਜੀ ਸਾਨੂੰ ਯਾਦ ਕਰਵਾਉਂਦੇ ਹਨ ਉਹ ਪਜੋ ਕੋ ਬਿੰਦ ਪੁਰਵਤ ਜਾਹੋ ਮਾਨਸ ਜਨਮ ਕਈ ਲਾਹੋ, ਕਿ ਪਿਆਰਿਓ ਭੁੱਲੀਏ ਨਾ, ਕਿਉਂਕਿ ਅਸੀਂ ਸਾਰੇ ਭੁੱਲਦੇ ਹਾਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਪਾਤਸ਼ਾਹ ਕਹਿੰਦੇ ਭੁੱਲੋ ਨਾ, ਕੀ ਕਰੋ ਭਜੋ ਗੋਬਿੰਦ ਭੂਲ ਮਤ ਜਾਹੋ। ਕਿਉਂਕਿ ਮਾਨ ਸਤਨ ਦਾ ਲਾਭ ਹੀ ਇਹੀ ਹੈ। ਵੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਰ, ਉਹ ਜੁਵਨ ਫਲ ਪਾ ਕੇ ਪੋਏ ਗਿਰੇ ਹਰ ਨਾ ਲਾਗੇ। ਜਿਵੇਂ ਇੱਕ ਵਾਰੀ ਡਾਲੀ ਉਹ ਟਾਹਣੀ ਦਰਖਤ ਦੀ ਟੁੱਟ ਗਈ ਦਰਖਤ ਦੇ ਨਾਲੋਂ, ਫਿਰ ਦਰਖਤ ਦੇ ਨਾਲ ਨਹੀਂ ਜੁੜ ਸਕਦੀ। ਅਮਾਨਸ ਜਨਮ ਮਿਲਿਆ ਬਾਰ ਬਾਰ ਨਹੀਂ ਮਿਲਣਾ, ਜਿਹੜੇ ਤਾਂ ਇਸ ਨੂੰ ਸਫਲ ਕਰ ਗਏ। ਅੱਜ ਉਹਨਾਂ ਦੀਆਂ ਯਾਦਾਂ ਯਾਦ ਕੀਤੀਆਂ ਜਾਂਦੀਆਂ, ਯਾਦਾਂ ਮਨਾਈਆਂ ਜਾਂਦੀਆਂ, ਬਰਸੀ ਮਨਾਈ ਜਾਂਦੀ ਹੈ। ਪਰ ਜਿਹੜੇ ਇਹ ਨਹੀਂ ਕਰਕੇ ਗਏ ਉਹ ਜੰਮਦੇ ਹਨ ਮਰਦੇ ਹਨ। ਬਾਬਾ ਜੀ ਬਾਬਾ ਹਜੂਰਾ ਸਿੰਘ ਜੀ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਉਹ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ, ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨ ਮਾਥਾਹੇ। ਮਨ ਮੁਖ ਦੁਖ ਕਾ ਖੇਤ ਹੈ, ਦੁਖ ਬੀਜੇ ਦੁਖ ਖਾਏ, ਦੁਖ ਵਿੱਚ ਜੰਮੇ ਮਰ ਰਹੇ। ਹੋਮੇ ਕਰਤ ਬਿਹਾਏ, ਹੋਮੇ ਦੇ ਵਿੱਚ ਜੰਮਦਾ ਹੈ, ਹੋਂ ਦੇ ਵਿੱਚ ਹੀ ਮਰਦਾ ਹੈ, ਹੋਂ ਵਿੱਚ ਜੰਮੇ ਹੋਂ ਵਿੱਚ ਮਰੇ, ਹੋਂ ਦੇ ਵਿੱਚ ਹੀ ਸਾਰੇ ਕੰਮ ਕਰਦਾ ਹੈ।
ਤੇ ਇਸੇ ਕਰਕੇ ਜੰਮਣ ਹੈ ਮਰਨ ਹੈ। ਹਉਮੈ ਦਾ ਜੋ ਇਲਾਜ ਹੈ ਉਹ ਹੈ ਵਾਹਿਗੁਰੂ। ਗੁਰਮੰਤਰ ਹੈ ਜਪ ਹਉਮੈ ਖੋਈ, ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ। ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ। ਜਿਹੜੇ ਗੁਰੂ ਦਾ ਮੰਤਰ ਲੈ ਕੇ ਉਹਦੀ ਕਮਾਈ ਕਰਦੇ ਹਨ, ਉਹ ਕਮਾਈ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਨਾਮ ਤੱਕ ਰਸਵਾਈ ਕਰਦੇ ਹਨ। ਉਹਨਾਂ ਦਾ ਆਉਣਾ ਇਹ ਸੰਸਾਰ ਦੇ ਉੱਤੇ ਸਫਲ ਹੈ, ਪਰ ਅਸੀਂ ਭੁੱਲ ਗਏ। ਭਜੋ ਗੋਬਿੰਦ ਭੂਲ ਮਤ ਜਾਹੋ, ਕਿਵੇਂ ਭੁੱਲ ਗਏ। ਉਹ ਵਿੱਚੋਂ ਗਰਭ ਨਿਕਲ ਆਇਆ, ਸਾਰ ਖਸਮ ਜਿੱਤ ਲਾਇਆ। ਵਿੱਚੋਂ ਗਰਭ ਨਿਕਲ ਆਇਆ ਖਸਮ, ਵਿਸਾਰ ਦੁਨੀ ਚਿਤ ਲਾਇਆ। ਉਸ ਮਾਲਕ ਨੂੰ ਭੁੱਲ ਗਏ, ਉਸ ਖਸਮ ਨੂੰ ਭੁੱਲ ਕੇ ਇਸ ਦੁਨੀਆਂ ਦੇ ਨਾਲ ਚਿੱਤ ਲਾ ਲਿਆ। ਹੈ ਤਾਂ ਇਹ ਸੁਪਨਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਉਹ ਮੂਰਖ ਹੈ ਜਿਹੜਾ ਸੁਪਨੇ ਦੇ ਨਾਲ ਚਿੱਤ ਲਾ ਕੇ ਬੈਠ ਜਾਂਦਾ ਹੈ। ਇੱਕ ਤਾਂ ਸੁਪਨਾ ਰਾਤ ਨੂੰ, ਜੇ ਸੁਪਨੇ 'ਚ ਰਾਜੇ ਬਣ ਗਏ ਕੀ ਬਣ ਜਾਂਦਾ ਰਾਜਾ, ਉਹ ਤਾਂ ਮੂਰਖਤਾ ਹੀ ਹੈ ਜਿਹੜਾ ਉਹਨੂੰ ਯਾਦ ਕਰਦਾ ਸੁਪਨੇ ਨੂੰ। ਇਸੇ ਤਰ੍ਹਾਂ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਉਹ ਮੂਰਖਤਾ ਹੀ ਹੈ ਜਿਹੜਾ ਇਹਦੇ ਨਾਲ ਚਿੱਤ ਲਾਉਂਦਾ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਸੁਖ ਭੋਗ ਜਾਗਤ ਪਖਲਾਇਆ। ਪੂਰਨ ਪੇ ਨਕਾਮ ਜਾਂ ਮੋਹਿਆ ਮਾਇਆ, ਕਿਆ ਵਿਚਾਰਾ ਜੰਤ ਜਾਂ ਆਪ ਭਲਾਇਆ। ਭੁੱਲੇ ਹੋਏ ਹਾਂ, ਕਿਵੇਂ ਭੁੱਲੇ ਹਾਂ। ਉਹ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਆਪ ਕੀ, ਤੀਜੇ ਪਿਆ ਪਾਬੀ ਬੇਵ ਸੌਥੇ ਪੁੰਨੀ। ਇਹ ਤਾਂ ਬਚਪਨ 'ਚ ਹੀ ਲੰਘ ਗਿਆ ਸਮਾਂ, ਸਮਾਂ ਨਾਮ ਹੈ ਤਬਦੀਲੀ ਦਾ। ਸਮਾਂ ਲੰਘ ਜਾਂਦਾ, ਜੋ ਕੰਮ ਕਰਨਾ ਉਹ ਨਹੀਂ ਕੀਤਾ, ਖੇਡਾਂ 'ਚ ਬਤੀਤ ਹੋ ਗਿਆ। ਕਰਨ ਹੋਤੋ ਸੋ ਨਾ ਕੀਓ, ਪਰ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ। ਅਬ ਕਿਉ ਰੋਵਤ ਅੰਧ। ਹੁਣ ਬਚਪਨ ਬੀਤ ਗਿਆ, ਜਵਾਨੀ ਆਈ,
ਪੰਜਵੇਂ ਖਾਣ ਪੀਣ ਕੀਤਾ ਤੇ ਛੇਵੇਂ ਕੰਮ ਨਾ ਪੁੱਛਿਆ ਜਾ। ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਹੁਣ ਜਵਾਨੀ ਦੇ ਵਿੱਚ ਸਭ ਕੁਝ ਭੁੱਲ ਗਿਆ, ਦੀਨ ਵਸਾਰੇ ਉਰੇ, ਦੀਨ ਨੂੰ ਪਲਾ ਕੇ ਦੁਨੀਆਂ ਦੇ ਪਿੱਛੇ ਲੱਗ ਕੇ ਵਿਸ਼ੇ ਵਕਾਰਾਂ 'ਚ ਪੈ ਕੇ ਕੀ ਕੀਤਾ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨ ਰਿਹੋ ਕੋਈ। ਭਾਈ ਬੰਦੀ ਹੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਉਹ ਦੀਨ ਗਵਾਇਆ ਤੁਨੀ ਸੋ, ਉਹ ਪਾਏ ਕੁਹਾੜਾ ਮਾਰਿਆ। ਨਾਨਕ ਦੁਨੀਆ ਕੈਸੀ ਹੋਈ। ਹੁਣ ਜਵਾਨੀ ਆਈ ਐਸੀ ਕਿ ਮਸਤਾਨੀ ਇਹਦੇ ਵਿੱਚ ਪਤਾ ਹੀ ਨਹੀਂ ਲੱਗਦਾ। ਰਾਜ ਮੱਧ ਜੋਵਨ ਮੱਧ, ਕਿਉਂਕਿ ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ। ਹੁਣ ਸਮਾਂ ਤਾਂ ਇਹ ਵੀ ਲੰਘ ਜਾਂਦਾ, ਸਮਾਂ ਨਾਮ ਹੀ ਤਬਦੀਲੀ ਦਾ ਹੈ। ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸੱਤਵੇਂ ਸਾਂਝ ਕਿਆ ਕਰ ਵਾਸ, ਘਰ ਵਾਰ ਬਣਾਉਣ ਵਾਸਤੇ ਵਿਆਹ ਹੋਇਆ। ਹੁਣ ਵਾਸ਼ਨਾਵਾਂ ਦੀ ਪੂਰਤੀ ਨਾ ਹੋਈ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਜਵਾਨੀ ਲੰਘ ਗਈ, ਹੁਣ ਕੀ ਆਇਆ ਜਰ ਆਈ। ਜੋਵਨ ਗਿਆ ਕਿਸ਼ਕੀਆ ਨਾਨੀਕਾ, ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕੁਛ ਤਪ ਨਾ ਕੀਓ, ਤੀਸ ਬਰਸ ਕੁਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਤ ਪਿਓ। ਹੁਣ ਹੋਇਆ ਕਿ ਵਡੇਪਾ ਆ ਗਿਆ, ਉਹ ਨੈਨੋ ਨੀਰ ਬਹਿ ਤਨ ਖੀਨਾ, ਪੇ ਕੇਸ ਦੁੱਧ ਉਹ ਰੂਪ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਣੀ। ਜਰ ਆਈ ਜੋਵਨ ਗਿਆ, ਕਿਸ ਕੀਆ ਨਾਨੀਕਾ,
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇੱਕ ਸਮਕਾਲੀ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦਾ ਨਾਂ ਸੀ ਜੱਲਣ ਜੀ। ਉਹ ਵਚਨ ਮਾਰਫਤ ਦੇ ਬੜੇ ਸਿੱਧੇ ਸਪਸ਼ਟ ਕਿਹਾ ਕਰਦੇ, ਕੀ ਕਿਹਾ ਕਰਦੇ, ਨਿੱਕੇ ਹੁੰਦੇ ਟੱਗੇ ਸਾਰੇ ਵੱਡੇ ਹੋਏ ਹਲ ਵਾਹਿਆ, ਉਹ ਬੁੱਢੇ ਹੋ ਕੇ ਮਾਲਾ ਫੜ ਲਈ, ਇਤ ਰੱਬ ਦਾ ਅਲੰਬ ਲਾਹਿਆ, ਕਹਿੰਦੇ ਫੇਰ ਨਹੀਂ ਹੋਣਾ ਭਜਨ, ਤਾਂ ਜੋ ਕਿਛ ਕਰੋ ਸੋਈ ਅਵਸਾਰ ਹੁਣੇ ਸ਼ੁਰੂ ਕਰੋ। ਵਡੇਪੇ 'ਚ ਕੀ ਹੁੰਦਾ ਹੈ, ਨੌਵੇਂ ਧੌਲੇ ਉੱਪੇ ਸਾਹਾਂ ਦਾ ਸੰਦਤਾ, ਉਹ ਅੱਗੇ ਸੰਗੀਤ ਪੁਕਾਰੀ ਤਾਹਾਂ ਉਡਿਆ ਹੰਸ ਦਸਾਏ, ਆਇਆ ਗਿਆ ਮੋਇਆ ਨਾ ਇਹ ਪਤਲ, ਇਹ ਨਾਨਕ ਮਨਮੁੱਖ ਅੰਧ ਪਿਆਰ ਬਾਜ ਗੁਰੂ ਡੂਬਾ ਸੰਸਾਰ। ਐਸੀ ਹਾਲਾਤ ਇਹ ਸੰਸਾਰ ਦੀ ਹੈ ਕਿ ਸੰਸਾਰ ਨਾਮ ਤੋਂ ਬਗੈਰ, ਗੁਰ ਤੋਂ ਬਗੈਰ, ਇਹ ਸੰਸਾਰ ਦੀ ਹਾਲਾਤ ਹੈ ਕਿ ਇਹ ਡੁੱਬ ਰਿਹਾ ਹੈ। ਮਹਾਂਪੁਰਸ਼ ਆਉਂਦੇ ਨੇ, ਸ੍ਰੀਮਾਨ ਸੰਤ ਬਾਬਾ ਹਜੂਰਾ ਸਿੰਘ ਜੀ ਮਹਾਰਾਜ ਇੱਥੇ ਆਏ, ਆ ਕੇ ਕੀ ਕੀਤਾ, ਉਹ ਜੋ ਪਿਤਾ ਪੁਰਖੀ ਸੇਵਾ ਮਿਲੀ, ਇਸ ਪਰਿਵਾਰ ਦੇ ਉੱਤੇ ਬਖਸ਼ਿਸ਼ ਹੋਈ, ਬੇਦੀ ਸਾਹਿਬ ਜੀ ਦੀ ਕਿੱਡੀ ਰਹਿਮਤ ਹੋਈ ਕਿ ਇਹ ਸੇਵਾ ਪਰਿਵਾਰ ਦੇ ਵਿੱਚ ਚੱਲੀ ਆ ਰਹੀ ਹੈ ਅਤੇ ਉਹਨਾਂ ਨੇ ਇਹ ਸੇਵਾ ਕੀਤੀ। ਇਹੀ ਮਾਨਕ ਤਨ ਦਾ ਪ੍ਰਯੋਜਨ ਪੂਰਾ ਹੁੰਦਾ ਹੈ। ਇੱਥੇ ਵਸਨੀ ਉਹਨਾਂ ਨੇ ਐਸੇ ਸਤਪੁਰਸ਼ਾਂ ਦੀ ਸੰਗਤ, ਮਹਾਨ ਰਾਜਾ ਜੋਗੀ ਜਿਹੜੇ ਕਿ ਅੱਜ ਵੀ ਇਸ ਸਮੇਂ ਦੇ ਵਿੱਚ ਸ੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ ਮਹਾਰਾਜ, ਬੇਦੀ ਕੁਲਭੂਸ਼ਣ ਮਹਾਰਾਜ ਜੀ 17ਵੀਂ ਜਗ੍ਹਾ 'ਤੇ ਗੁਰੂ ਨਾਨਕ ਪਾਤਸ਼ਾਹ ਤੋਂ ਇੱਥੇ ਇਸ ਧਰਤੀ ਨੂੰ ਭਾਗ ਲਾ ਰਹੇ ਹਨ। ਪਰਿਵਾਰ ਦਾ, ਬਾਬਾ ਹਰਪਾਲ ਸਿੰਘ ਜੀ ਦਾ ਬੜਾ ਪਿਆਰ ਹੈ, ਉਹ ਮਹਾਂਪੁਰਸ਼ ਹੁੰਦੇ ਹੀ ਪਿਆਰ ਦੀ ਮੂਰਤ ਨੇ। ਫਿਰ ਐਸੇ ਸਤਪੁਰਸ਼ ਰਾਜਾ ਜੋਗੀ, ਐਸਿਆਂ ਦੀ ਬਖਸ਼ਿਸ਼ ਹੋ ਜਾਵੇ, ਉਹ ਤਾਂ ਦ੍ਰਿਸ਼ਟੀ ਹੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ।
ਕਿਉਂਕਿ ਨਾਮ ਨਾਲ ਜੁੜੇ ਨੇ। ਨਾਮ ਤਾਂ ਭਾਵੇਂ ਸਾਰਿਆਂ ਦੇ ਅੰਦਰ ਹੈ, ਕੋਈ ਵੀ ਐਸਾ ਨਹੀਂ ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਠੜੀ ਖੋਲ ਨਾ ਜਾਣਿਆ ਤਾਂ ਤੇ ਭੇ ਕੰਗਾਲ। ਇਹਦੀ ਸਾਨੂੰ ਸੂਝ ਨਹੀਂ ਆਉਂਦੀ, ਬੂਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਇਸੇ ਕਰਕੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਕਿ ਤੂੰ ਐਸੇ ਸਤਪੁਰਸ਼ਾਂ ਦੀ ਮੰਜ਼ਲੇ ਤਲਾਸ਼, ਉਹ ਖੋਜ ਕਰ। ਇਸ ਮੰਜ਼ਲ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਉਹ ਕੋਈ ਟੁੰਡ ਲੋ ਸਜਣ ਸੰਤ ਪੱਕਿਆ, ਨਾ ਸੰਗ ਛੱਡ ਕੇ ਕੋਈ ਸਜਣ ਸੰਤ ਪੱਕਿਆ, ਕੱਚਿਆਂ ਦਾ ਪੱਕਿਆਂ ਕੱਚੇ ਆਂਦਾ ਸੰਗ ਛੱਡ ਕੇ ਸਜਣ ਸੰਤ ਪੱਕਿਆਂ ਕੱਚੇ ਆਂਦਾ ਛੱਡ ਕੇ ਨਾਨਕ ਕੱਚੜੇ ਆਂਸੂ ਤੋੜ ਤੋਂ ਸਜਣ ਸੰਤ ਓਏ ਚ ਬੰਦੇ ਪਿਛੜੇ ਓ ਐਸੇ ਮਹਾਂਪੁਰਸ਼ ਜਿਹੜੇ ਸੱਚੇ ਹਨ ਉਹ ਸਾਥ ਨਿਭਾਉਂਦੇ ਨੇ। ਕੱਚੇ ਕੌਣ ਨੇ? ਕੱਚੇ ਨੇ ਇਹ ਦੁਨੀਆਦਾਰ, ਇਹ ਤਾਂ ਸਾਥ ਛੱਡ ਜਾਂਦੇ ਨੇ, ਇਹ ਤਾਂ ਸੁੱਖਾਂ ਦੇ ਸੰਗੀ ਨੇ। ਉਹ ਸੁੱਖ ਮੇਂ ਅੰਨ ਬਹੁਤ ਮਿਲ ਬੈਠਤ ਰਹਿ ਚਾਹੁੰਦੇ ਸੀ, ਇਹ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਿਆਵਤ। ਉਹ ਕਰ ਕੀ ਨਾਰ ਬਹੁਤ ਹਿਤ ਜਾਥ ਸਦਾ ਰਹਿਤ ਸੰਗ, ਇਹ ਜਬ ਹੀ ਹੰਸ ਤੀ ਏ ਕਾਇਆ ਆ ਹੈ ਕੱਚਿਆਂ ਦੀ
ਉਹ ਕੱਚੇ ਇਹ ਦੁਨੀਆਦਾਰ ਇਹ ਰਿਸ਼ਤੇ ਸਾਥ ਛੱਡ ਦਿੰਦੇ ਨੇ, ਸਾਥ ਕੌਣ ਨਿਭਾਉਂਦੇ ਨੇ? ਐਸੇ ਮਹਾਂਪੁਰਸ਼ ਉਹ ਸੱਜਣ ਸਹੀ ਨਾਲ ਮੈਂ ਹਲਦਿਆਂ ਨਾਲ ਉਹ ਜਿੱਥੇ ਲੇਖਾ ਮੰਗੀ ਤਿੱਥੇ ਖੜੇ ਦਸਨ। ਐਸਾ ਹੈ ਧਨ ਹਨ ਉਹ ਸਤਸੰਗੀ ਜਨ ਜਿਹੜੇ ਐਸੇ ਮਹਾਂਪੁਰਸ਼ਾਂ ਨਾਲ ਜੁੜ ਕੇ ਸਤਸੰਗ ਕਰਦੇ ਹਨ, ਨਾਮ ਨਾਲ ਜੁੜਦੇ ਹਨ। ਇੱਥੇ ਕਿਰਪਾ ਹੋਈ ਹੈ, ਇਸ ਧਰਤੀ ਨੂੰ ਭਾਗ ਲੱਗੇ ਨੇ। ਧੰਨ ਧੰਨ ਬਾਬਾ ਸਾਹਿਬ ਸਿੰਘ ਦੀ ਬੇਦੀ ਉਹਨਾਂ ਸਾਹਿਬ। ਇਹ ਧਰਤੀ ਸਾਰੀ ਹੀ ਭਾਗਾਂ ਵਾਲੀ ਹੈ ਜੋ ਇਸੇ ਮਹਾਂਪੁਰਸ਼ਾਂ ਤੋਂ ਵਰਸਾਈ ਹੈ, ਅਤੇ ਇਸ ਧਰਤੀ ਦੇ ਉੱਤੇ ਜਿਹੜੀ ਇਹ ਸੇਵਾ ਇਸ ਪਰਿਵਾਰ ਨੂੰ ਬਖਸ਼ਿਸ਼ ਹੋਈ, ਅੱਜ ਮੌਜੂਦਾ ਸਮੇਂ ਦੇ ਵਿੱਚ ਇਹ ਬਾਬਾ ਹਰਪਾਲ ਸਿੰਘ ਜੀ ਸੇਵਾ ਦੀ ਉਹ ਜਿਹੜੀ ਪਰੰਪਰਾ, ਉਹ ਪ੍ਰਪਾਟੀ ਆਪਣੇ ਬਜ਼ੁਰਗਾਂ ਤੋਂ ਸੀਨੇ ਬਸੀਨੇ ਜਿਹੜੀ ਮਿਲਦੀ ਆ ਰਹੀ ਹੈ, ਉਹ ਬਖਸ਼ਿਸ਼ ਪ੍ਰਾਪਤ ਕਰਕੇ ਆ ਬਖਸ਼ਿਸ਼ਾਂ ਅੱਗੇ ਵਰਤਾ ਰਹੇ ਨੇ। ਅੱਜ ਦੇਖੋ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅਸਲੀ ਸਪੁੱਤਰ ਐਸੇ ਹੁੰਦੇ ਨੇ ਜਿਹੜੇ ਆਪਣੇ ਪੂਰਵਜ ਮਹਾਂਪੁਰਸ਼ਾਂ ਦੇ ਉਹ ਪਾਏ ਪੂਰਨਿਆਂ ਦੇ ਉੱਤੇ ਚੱਲਦੇ ਹੋਏ ਜਿੱਥੇ ਆਪ ਨਾਮ ਨਾਲ ਜੁੜਦੇ ਹਨ, ਹੋਰਨਾਂ ਨੂੰ ਨਾਮ ਨਾਲ ਜੋੜਦੇ ਨੇ। ਸੋ ਇੱਥੇ ਇਸ ਪਵਿੱਤਰ ਪਾਵਨ ਅਸਥਾਨ 'ਤੇ ਇਹ ਬਖਸ਼ਿਸ਼ ਹੋ ਰਹੀ ਹੈ। ਅੱਜ ਬਾਬਾ ਹਜੂਰਾ ਸਿੰਘ ਜੀ ਮਹਾਰਾਜ ਉਹਨਾਂ ਦੀ ਇਹ ਬਰਸੀ ਮਨਾਈ ਜਾ ਰਹੀ ਅੰਮ੍ਰਿਤ ਵੇਲੇ ਤੋਂ ਹੀ। ਧੁਰਦਰਗਾਹੀ ਇਲਾਹੀ ਬਖਸ਼ੀ ਬਾਣੀ ਦੇ ਨਾਲ ਜੁੜੇ ਹੋ, ਕੀਰਤਨ ਹੋ ਰਿਹਾ ਹੈ, ਅਸੀਂ ਵੀ ਆ ਕੇ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਦੇ ਦੀਦਾਰ ਕੀਤੇ, ਸਤਪੁਰਸ਼ਾਂ ਦਾ ਦੀਦਾਰ ਹੋਇਆ, ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਉਸ ਮਹਾਨ ਪਵਿੱਤਰ ਆਤਮਾ ਨੂੰ ਇਹ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸੋ ਇੰਨੀਆਂ ਬੇਨਤੀਆਂ ਨੂੰ ਕਰੋ ਪ੍ਰਵਾਨ। ਆਉਣ ਵਾਲਾ ਜਿਹੜਾ ਸਮਾਂ ਹੈ ਤੁਹਾਨੂੰ ਪ੍ਰਬੰਧਕ ਜਨ ਦੱਸਣਗੇ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰੋ। ਬੇਨਤੀਆਂ ਕਰਦਿਆਂ ਹੋਇਆਂ ਗੁਰਸੰਗਤ ਕੋਲੋਂ ਮੁਆਫ਼ੀ ਚਾਹੁੰਦੇ ਹਾਂ, ਕਿਉਂਕਿ ਕਈ ਗਲਤੀਆਂ ਹੋ ਜਾਂਦੀਆਂ ਨੇ, ਆਪ ਸੰਗਤਾਂ ਨੇ ਮੁਆਫ਼ ਕਰਨੀਆਂ। ਸੋ ਇੰਨੀਆਂ ਕੁ ਬੇਨਤੀਆਂ ਕਰੋ ਜੀ, ਪ੍ਰਵਾਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।